ਪੰਜਾਬ ਵਿੱਚ ਸਰਕਾਰ ਬਦਲਣ ਦੇ ਬਾਅਦ ਵੀ ਰੇਤ ਮਾਫੀਆ ਦੇ ਹੌਸਲੇ ਪਹਿਲਾਂ ਦੀ ਤਰ੍ਹਾਂ ਬੁਲੰਦ ਨੇ। ਇਸ ਦੀ ਇੱਕ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ, ਜਿੱਥੇ ਆਮ ਆਦਮੀ ਪਾਰਟੀ ਦੇ ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੋੜੀ ਪਿੰਡ ਮਲਕਪੁਰ ਵਿੱਚ ਹੋ ਰਹੀ ਮਾਈਨਿੰਗ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਜੇਸੀਬੀ ਮਸ਼ੀਨਾਂ ਨਾਲ ਮਾਈਨਿੰਗ ਕਰ ਰਹੇ ਕਰਿੰਦਿਆਂ ਨੇ ਉਹਨਾਂ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਰੋੜੀ ਦੀ ਸੁਰੱਖਿਆ ਚ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕਰਿੰਦਿਆਂ ਦੇ ਚੁੰਗਲ ਤੋਂ ਛੁਡਵਾਇਆ। ਜੈ ਕ੍ਰਿਸ਼ਨ ਰੋੜੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ, ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਰੋੜੀ ਮੁਤਾਬਕ ਉਹ 27 ਤਰੀਕ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਮੁੱਦੇ ਨੂੰ ਚੁੱਕਣਗੇ ਅਤੇ ਨਾਜਾਇਜ਼ ਮਾਈਨਿੰਗ ਖਿਲਾਫ ਢੁੱਕਵੀਂ ਕਾਰਵਾਈ ਦੀ ਮੰਗ ਕਰਨਗੇ। ਤੈਨੂੰ ਬੈਰੀਅਰ ਚੱਕਣ ਨੂੰ ਕਿਹਾ, ਗਾਲ ਤਾਂ ਕੱਢੀ ਨੀ ਕਿਸੇ ਨੇ, ਝੂਠ ਕਾਹਨੂੰ ਬੋਲਦਾ ਯਾਰ। ਸਬਦੀ ਲੈ ਜਾਂਦੀ ਹੈ ਸਰ, ਇਸ ਤੇ ਮਨਾ ਕੀਤਾ। ਮੈਂ ਤੇ ਸਤਨਾਮ ਜਲਵਾਹਾ ਤੇ ਹੋਰ ਸਾਰੀ ਟੀਮ ਜਦੋਂ ਅਸੀਂ ਕੱਲ ਉੱਥੇ ਮੌਕੇ ਤੇ ਪਹੁੰਚੇ ਤਾਂ ਉੱਥੇ ਦੇਖ ਕੇ ਆਪਾਂ ਦੰਗ ਰਹਿ ਗਏ ਕਿ ਜੋ ਉੱਥੇ ਗੁੰਡਾਗਰਦੀ ਹੈ, ਜੋ ਉੱਥੇ ਉਹਨਾਂ ਨੇ ਆਪਣੀ ਸਲਤਨਤ ਬਣਾਈ ਹੋਈ ਹੈ, ਇੱਕ ਆਮ ਸ਼ਰੀਫ ਬੰਦਾ ਉਹ ਦੇਖ ਕੇ ਹੀ ਘਬਰਾ ਜਾਵੇਗਾ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਇੱਕ ਜੋ ਨਜਾਇਜ਼ ਬੈਰੀਕਾਡ ਮੂਹਰੇ ਲਾਇਆ ਹੋਇਆ ਸੀ ਅਤੇ ਸਾਡੀ ਗੱਡੀ ਰੋਕੀ ਉਹਨਾਂ ਨੇ, ਉਹ ਕਹਿੰਦੇ ਤੁਸੀਂ ਸਰਚ ਵਾਰੰਟ ਦਿਖਾਓ ਤਾਂ ਤੁਹਾਨੂੰ ਅੱਗੇ ਜਾਣ ਦੇਵਾਂਗੇ। ਪਰ ਅਸੀਂ ਉਹਨਾਂ ਨੂੰ ਦੱਸਿਆ ਸੀ ਕਿਹੜਾ ਕਿਸੇ ਨੂੰ ਕੋਈ ਅਰੈਸਟ ਕਰਨ ਆਏ ਜਿਹੜੇ ਸਰਚ ਵਾਰੰਟ ਦਿਖਾਉਣਾ, ਜੇਕਰ ਤੁਸੀਂ ਸਹੀ ਹੋ, ਜੇਕਰ ਤੁਸੀਂ ਗਲਤ ਨਹੀਂ ਹੋ ਤਾਂ ਸਾਨੂੰ ਰੋਕ ਕਿਉਂ ਰਹੇ ਹੋ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਜੋ ਉੱਥੇ ਭੂਮੀ ਖਨਨ ਹੋ ਰਿਹਾ ਸੀ, ਜੋ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ, ਇਸ ਦੇ ਵਿੱਚ ਪੰਜਾਬ ਸਰਕਾਰ ਬਹੁਤ ਹੀ ਸ਼ਰਮਨਾਕ ਆਪਣਾ ਰੋਲ ਅਦਾ ਕਰ ਰਹੀ ਹੈ। ਜੋ ਪੰਜਾਬ ਦੇ ਵਿੱਚ ਜਿਹੜੇ ਪੁਰਾਣੇ ਮਾਫੀਆ ਸੀ ਉਹ ਹਜੇ ਨਿਰੰਤਰ ਜਾਰੀ ਹੈ। ਸਾਡਾ ਜਿਹੜਾ 27 ਤੋਂ ਲੈ ਕੇ 29 ਤੱਕ ਸੈਸ਼ਨ ਚੱਲ ਰਿਹਾ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਮੁੱਦਿਆਂ ਤੋਂ ਵੀ ਭੱਜ ਰਹੀ ਹੈ, ਹਰੇਕ ਚੀਜ਼ ਤੋਂ ਭੱਜ ਰਹੀ ਹੈ। ਉਹਨਾਂ ਨੇ ਲੋਕਾਂ ਦੀ ਆਵਾਜ਼ ਉੱਥੇ ਵਿਧਾਨ ਸਭਾ 'ਚ ਨਾ ਪਹੁੰਚੇ, ਇਹਦੇ ਕਰਕੇ ਉਹਨਾਂ ਨੇ ਸੈਸ਼ਨ ਬਹੁਤ ਛੋਟਾ ਰੱਖਿਆ, ਸਿਰਫ 3 ਦਿਨ ਦਾ ਰੱਖਿਆ। 3 ਦਿਨ ਦੇ ਵਿੱਚ ਪੰਜਾਬ ਦੇ ਉਹ ਕਿਹੜੇ ਮਸਲੇ ਜਿਹੜੇ ਉੱਥੇ ਇੰਨੇ ਆਪਾਂ ਸੁਲਝਾ ਸਕਾਂਗੇ ਜਾਂ ਗੱਲ ਰੱਖ ਸਕਾਂਗੇ, ਪਰ ਫਿਰ ਵੀ ਮੈਂ ਆਪਣੇ ਵੱਲੋਂ ਜਿਹੜੇ ਸਾਡੇ ਇਲਾਕੇ ਦੇ ਵਿੱਚ ਜੋ ਵੀ ਗੈਰ ਕਾਨੂੰਨੀ ਕੰਮ ਹੋ ਰਹੇ ਨੇ ਉਹਨਾਂ ਦੀ ਉੱਥੇ ਜਿਹੜੀ ਆਵਾਜ਼ ਲੋਕਾਂ ਦੀ ਜ਼ਰੂਰ ਪਹੁੰਚਾਵਾਂ।